ਯੋਨੀ ਯੋਨੀ ਯਸ ਪਾਪਾ, ਈਟੀ ਸ਼ੂਗਰ ਨੋ ਪਾਪਾ। ਸੋ ਦੋਸਤੋ, ਇਹ ਆਪਾਂ ਪਹਿਲਾਂ ਅੱਜ ਹੀ ਸਕੂਲ ਟਾਈਮ ਪੜ੍ਹਦੇ ਹੁੰਦੇ ਸੀ, ਬਟ ਫਿਰ ਵੀ ਕਿਤੇ ਨਾ ਕਿਤੇ ਸਕੂਲਾਂ ਵਿੱਚ ਅੱਜ ਵੀ ਇਹ ਯੋਨੀ ਯੋਨੀ ਯਸ ਪਾਪਾ ਪੜ੍ਹਾਉਂਦੇ ਹੋਣਗੇ, ਈਟਿੰਗ ਸ਼ੂਗਰ ਨੋ ਪਾਪਾ ਸਿਖਾਉਂਦੇ ਹੋਣਗੇ। ਸੋ ਇਹ ਆਪਾਂ ਨੂੰ ਪਤਾ ਨਹੀਂ, ਬਟ ਇੱਥੇ ਦੋਸਤੋ ਅੱਜ ਦੀ ਤਰੀਕ ਦੇ ਵਿੱਚ ਫਿਲਮਾਂ ਦੇ ਨਾਮ ਹੀ ਇੱਦਾਂ ਦੇ ਆ ਗਏ ਆ। ਗਾਣਾ ਆਪਾਂ ਪਹਿਲਾਂ ਹਿੰਦੀ ਫਿਲਮ 'ਚ ਸੁਣਿਆ ਸੀ, ਇੰਟਰਟੇਨਮੈਂਟ ਮੂਵੀ 'ਚ, ਅਕਸ਼ੈ ਕੁਮਾਰ ਦਾ, ਯੋਨੀ ਜੋਨੀ ਜੀ ਹਾਂ ਜੀ ਤੂਨੇ ਪੀ ਹੈ ਨਾ ਜੀ। ਸੋ ਬਹੁਤ ਹੀ ਵਧੀਆ ਦੋਸਤੋ ਇੱਦਾਂ ਦੇ ਗਾਣੇ, ਇੰਟਰਟੇਨਮੈਂਟ ਕਾਮੇਡੀ ਟਾਈਪ ਆਉਂਦੇ ਸੀ, ਬਟ ਹੁਣ ਜੋ ਟਾਈਟਲ ਨੇ ਛਿੰਦਾ ਛਿੰਦਾ ਨੋ ਪਾਪਾ, ਛਿੰਦਾ ਛਿੰਦਾ ਨੋ ਪਾਪਾ ਦਾ ਟੀਜ਼ਰ ਆਇਆ ਜੀ, ਫਿਲਮ ਆਇਆ ਗਿੱਪੀ ਗਰੇਵਾਲ ਦੀ। ਸੋ ਉਹਦਾ ਇੱਕ ਟੀਜ਼ਰ ਆ ਜਿਹਦੇ ਵਿੱਚ ਗਿੱਪੀ ਗਰੇਵਾਲ ਨੇ, ਹੀਨਾ ਖਾਨ ਅਤੇ ਛਿੰਦਾ ਗਰੇਵਾਲ। ਸੋ ਛਿੰਦੇ ਗਰੇਵਾਲ ਨੂੰ ਆਪਾਂ ਪੰਜਾਬੀ ਮੂਵੀਆਂ ਵਿੱਚ ਪਹਿਲਾਂ ਵੀ ਦੇਖਦੇ ਆਏ ਹਾਂ, ਹੌਸਲਾ ਰੱਖ, ਕੈਰੀ ਔਨ ਜੱਟਾ 3। ਸੋ ਉਸ ਤੋਂ ਪਹਿਲਾਂ ਵੀ ਦੋਸਤੋ ਇਹਨਾਂ ਦੀ ਇੱਕ ਦੋ ਫਿਲਮਾਂ ਆਈਆਂ ਨੇ। ਸੋ ਵਧੀਆ ਮੁੰਡਾ ਕਲਾਕਾਰ, ਬਹੁਤ ਵਧੀਆ ਯਾਰ, ਕਿਡਸ ਕਲਾਕਾਰ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ, ਜਾਣੀ ਕਿ ਕਹਿ ਸਕਦੇ ਐਕਟਿੰਗ ਦੇ ਮਾਮਲੇ ਵਿੱਚ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ। ਸੋ ਆਪਾਂ ਪਹਿਲਾਂ ਇਹਦਾ ਇੱਕ ਟੀਜ਼ਰ ਦੇਖ ਲੈਂਦੇ ਕਿੱਦਾਂ ਦਾ, ਬਾਕੀ ਗੱਲਾਂ ਬਾਅਦ 'ਚ ਕਰਦੇ। ਚਲੋ ਲੈਟ ਸਟਾਰਟ। ਦੁਨੀਆਂ 'ਚ ਬੜੇ ਪਿਆਰੇ ਪਿਆਰੇ ਬੱਚੇ ਪੈਦਾ ਹੁੰਦੇ ਆ, ਜਿਨ੍ਹਾਂ ਨੂੰ ਵੇਖ ਕੇ ਕਿਸੇ ਸਿਆਣੇ ਬੰਦੇ ਨੇ ਕਵਿਤਾ ਲਿਖੀ। ਇਹ ਗੁਰਪ੍ਰੀਤ ਘੁੱਗੀ ਦੀ ਆਵਾਜ਼ ਲੱਗਦੀ ਆ। ਸੋਚੋ ਜਦੋਂ ਕਿਸੇ ਦੇ ਕੋਈ ਦਿਲ ਦੀ ਜਵਾਕ ਜਾਂਦੇ, ਕਵਿਤਾ ਕਿਹੋ ਜਿਹੀ ਹੋਏਗੀ। ਨੋ ਪਾਪਾ ਬੋਲੇ, ਪ੍ਰਿੰਸ ਕਮਲਜੀਤ ਵੀ ਹੈ ਵੀ। ਨਰੇਸ਼ ਕਪੂਰੀਆ ਗੱਲਬਾਤ ਐਡ ਕਰਦੀ ਬਾਈ। ਨੋ ਪਾਪਾ ਜੋ ਮਰਜ਼ੀ ਕਰ ਲਓ 10 ਮਈ ਨੂੰ। ਸੋ ਦੋਸਤੋ ਬਹੁਤ ਹੀ ਯਾਰ ਸੋਹਣੇ ਡਾਇਲੋਗ ਨਰੇਸ਼ ਕਤੂਰੀਆ ਜਦੋਂ ਵੀ ਫਿਲਮ ਦੀ ਰਾਈਟਿੰਗ ਲਿਖਦੇ ਆ ਨਾ, ਸੋ ਸਿਰੇ ਲਾ ਦਿੰਦੇ ਨੇ। ਸੋ ਇੱਥੇ ਵੀ ਦੋਸਤੋ ਉਹੀ ਗੱਲ ਕੀਤੀ ਹੈ, ਜਿੱਦਾਂ ਕਿ ਆਪਾਂ ਨੂੰ ਕੈਰੀਵਨ ਜੱਟਾ ਜੱਟ ਨੂੰ ਚੜੇਲ ਟੱਕਰੀ ਤੋਂ ਬਾਅਦ ਦੋਸਤੋ ਛਿੰਦਾ ਛਿੰਦਾ ਨੋ ਪਾਪਾ 10 ਮਈ ਨੂੰ ਦੇਖਣ ਨੂੰ ਮਿਲੂਗੀ, ਜੋ ਕਿ ਇੱਕ ਫੁੱਲ ਕਾਮੇਡੀ ਇੰਟਰਟੇਨਮੈਂਟ ਮੂਵੀ ਆ। ਸੋ ਇਹਦਾ ਜਿਹੜਾ ਟੀਜ਼ਰ ਆ, ਸਾਰੇ ਕੰਮ ਆਪਾਂ ਮਿਊਜ਼ਿਕ 'ਤੇ ਆਇਆ ਅਤੇ ਉਹਨੂੰ ਆਪਾਂ ਇਹ ਕ੍ਰੈਡਿਟ ਦੇਣਾ ਚਾਹੁੰਦੇ ਹਾਂ। ਸੋ ਦੋਸਤੋ 10 ਮਈ ਨੂੰ ਤਿਆਰ ਹੋ ਜਾਓ ਇੱਕ ਫੈਮਿਲੀ ਨਾਲ ਫੁੱਲ ਇੰਟਰਟੇਨਮੈਂਟ ਕਾਮੇਡੀ ਮੂਵੀ ਲਈ, ਛਿੰਦਾ ਛਿੰਦਾ ਨੋ ਪਾਪਾ। ਸੋ ਇੱਥੇ ਛਿੰਦਾ ਛਿੰਦਾ ਨੋ ਪਾਪਾ ਦੀ ਤਾਂ ਤੁਹਾਨੂੰ ਆਪਾਂ ਗੱਲ ਕਰ ਲਈ, ਤਾਂ ਰੇਟਿੰਗ ਕਿੰਨੀ ਦੇਣਾ ਚਾਹੂੰਗਾ ਮੈਂ ਦੋਸਤੋ ਇਹਨੂੰ? 5 ਵਿੱਚੋਂ ਮੈਂ ਪੂਰੇ ਸਟਾਰ 4 ਦੇਣਾ ਚਾਹੂੰਗਾ, 4 ਸਟਾਰ ਮੇਰੇ ਵੱਲੋਂ। ਸੋ ਮੈਨੂੰ ਲੱਗਦਾ ਆ ਇਹ ਮੂਵੀ ਵਾਕਈ ਦੋਸਤੋ ਕਮਾਲ ਕਰਕੇ ਜਾਊਗੀ, ਜਿੱਦਾਂ ਕਿ ਪਤਾ ਕਿ ਹੌਸਲਾ ਰੱਖ, ਕੈਰੀ ਔਨ ਜੱਟਾ 3 ਤੋਂ ਬਾਅਦ ਇਹ ਮੂਵੀ ਇੱਕ ਛਿੰਦੇ ਦੀ ਇੱਕ ਹੋਰ ਬਲੋਕਬਸਟਰ ਹੋਣ ਜਾ ਰਹੀ ਆ। ਸੋ ਤੁਹਾਡਾ ਕੀ ਟੇਕ ਆ, ਤੁਸੀਂ ਟ੍ਰੇਲਰ ਕਿੱਦਾਂ ਲੱਗਿਆ, ਤੁਹਾਨੂੰ ਟ੍ਰੇਲਰ ਕਿਹੋ ਜਿਹਾ ਲੱਗਾ, ਪਲੀਜ਼ ਕਮੈਂਟ 'ਚ ਦੱਸਿਓ। ਜੇ ਇਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਦਿਓ, ਰਿਕੁਐਸਟ ਹੈਗੀ ਆ। ਆਪਣੇ ਭਰਾ ਨੂੰ ਮੋਟੀਵੇਟ ਕਰੋ ਯਾਰ, ਤਾਂ ਕਿ ਤੁਹਾਡੇ ਲਈ ਇੱਦਾਂ ਦੇ ਵੀਡੀਓ ਵਾਰ ਵਾਰ ਬਣਾਉਂਦੇ ਰਹੀਏ, ਵਾਰ ਵਾਰ ਆਉਂਦੇ ਰਹੀਏ। ਸੋ ਥੈਂਕ ਯੂ ਦੋਸਤੋ, ਬਾਏ ਬਾਏ।